ਭਾਜਪਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਭਾਜਪਾ ਵੱਲੋਂ ਅੱਜ ਦੇਰ ਸ਼ਾਮ ਸ਼੍ਰੀ ਅਨੰਦਪੁਰ ਸਾਹਿਬ ਕੌਂਸਲ ਚੋਣਾਂ ਦੇ ਲਈ ਚਾਰ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਇਹ ਦੱਸਣਾ ਵੀ ਜ਼ਰੂਰੀ ਹੈ ਕਿ 13 ਵਾਰਡ ਦੇ ਅਨੰਦਪੁਰ ਸਾਹਿਬ ਦੇ ਤੇ ਅੱਜ ਜਦੋਂ ਨਾਮਿਨੇਸ਼ਨ ਫਾਈਲ ਹੋਣ ਦਾ ਪਹਿਲਾ ਦਿਨ ਸੀ ਕੇਵਲ ਚਾਰ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਤੇ ਉਹਨਾਂ ਚਾਰ ਉਮੀਦਵਾਰਾਂ ਦੇ ਵਿੱਚੋਂ ਵੀ ਬਹੁਤ ਸਾਰੇ ਉਮੀਦਵਾਰ ਜਿਹੜੇ ਨੇ ਉਹ ਆਪਣੀ ਟਿਕਟ ਵਾਪਸ ਕਰਕੇ ਆਜ਼ਾਦ ਤੌਰ ਤੇ ਇਹ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਨੇ ਵਾਰਡ ਨੰਬਰ 7 ਤੋਂ ਕੌਂਸਲ ਭਾਜਪਾ ਦੇ ਪਿਛਲੀ ਟਰਮ ਦੇ ਵਿੱਚ ਵੀ ਕੌਂਸਲਰ ਰਹੇ ਨੇ ਭਾਜਪਾ ਦੀ ਟਿਕਟ ਦੇ ਉੱਪਰ ਪਰ ਇਸ ਵਾਰ ਉਹ ਭਾਜਪਾ ਦੇ ਸਿੰਬਲ ਦੇ ਉੱਪਰ ਚੋਣ ਨਹੀਂ ਲੜਨਾ ਚਾਹੁੰਦੇ ਨੇ ਸੋਨਿਕਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਜਪਾ ਦੀ ਟਿਕਟ ਤੇ ਪਿਛਲੀਆਂ ਚੋਣਾਂ ਲੜੀਆਂ ਨੇ ਇਸ ਵਾਰ ਕਿਉਂ ਨਹੀਂ ਤੁਸੀਂ ਜਿਹੜਾ ਸਿੰਬਲ ਦੇ ਉੱਪਰ ਟਿਕਟ ਦੇ ਉੱਪਰ ਲੜਨਾ ਚਾਹੁੰਦੇ ਹੋ ਇਸ ਵਾਰ ਮੈਂ ਇਸ ਕਰਕੇ ਨਹੀਂ ਲੜਨਾ ਚਾਹੁੰਦੀ ਕਿਉਂਕਿ ਕੁਝ ਕਿਸਾਨਾਂ ਦੇ ਮੁੱਦੇ ਕਰਕੇ ਕਿਉਂਕਿ ਕਿਸਾਨਾਂ ਦਾ ਮੁੱਦਾ ਠੀਕ ਹੈ ਮੁੱਦਾ ਕਿਉਂ ਮੈਂ ਵੀ ਕਿਸਾਨਾਂ ਦੀ ਬੇਟੀ ਐ ਕਿਸਾਨਾਂ ਵਾਲਾ ਦੁੱਖ ਸਾਨੂੰ ਵੀ ਹੈ ਠੀਕ ਹੈ ਇਸ ਕਰਕੇ ਮੈਂ ਪਾਰਟੀ ਦੇ ਸਿੰਬਲ ਤੇ ਨਹੀਂ ਲੜਨਾ ਚਾਹੁੰਦੀ ਇਲੈਕਸ਼ਨ ਅੱਛਾ ਤੁਸੀਂ ਇਸ ਵਾਰ ਟਿਕਟ ਦੇ ਲਈ ਅਪਲਾਈ ਕੀਤਾ ਸੀ ਕਿ ਨਹੀਂ ਕੀਤਾ ਸੀ ਨਹੀਂ ਮੈਂ ਅਪਲਾਈ ਕੀਤਾ ਆਪਣੇ ਆਪ ਜਿਹੜਾ ਹੈ ਤੁਹਾਨੂੰ ਟਿਕਟ ਦੇ ਦਿੱਤੀ ਹਾਂਜੀ ਪਿਛਲੀ ਵਾਰ ਮੈਂ ਕੀਤਾ ਸੀ ਔਰ ਖੁਦ ਇੱਕ ਇੱਕ ਹੀ ਕੌਂਸਲਰ ਮੈਂ ਥੀ ਠੀਕ ਹੈ ਭਾਜਪਾ ਜੀ ਜੇਕਰ ਮੁਹੱਲਾ ਵਾਸੀਆਂ ਦੀ ਜਾਂ ਪਰਿਵਾਰ ਦੀ ਗੱਲ ਕੀਤੀ ਜਾਵੇ ਪਰਿਵਾਰ ਨੇ ਕੀ ਕਿਹਾ ਕਿ ਆਜ਼ਾਦ ਤੌਰ ਤੇ ਲੜਨਾ ਚਾਹੀਦਾ ਜਾਂ ਟਿਕਟ ਤੇ ਲੜਨਾ ਚਾਹੀਦਾ ਹੈ ਆਜ਼ਾਦ ਤੌਰ ਤੇ ਪਰਿਵਾਰ ਠੀਕ ਹੈ ਸਾਡਾ ਆਪਣਾ ਆਪਸੀ ਸਮਝੌਤਾ ਹੈ ਕਿ ਅਸੀਂ ਆਜ਼ਾਦ ਹੀ ਲੜਨਾ ਲੱਗਦਾ ਹੈ ਕਿ ਆਜ਼ਾਦ ਤੌਰ ਤੇ ਤੁਸੀਂ ਜਦੋਂ ਚੋਣ ਲੜੋਗੇ ਤਾਂ ਇਹ ਚੋਣਾਂ ਜਿੱਤ ਪਾਉਗੇ ਹਾਂਜੀ ਮੈਨੂੰ ਲੱਗਦਾ 101% ਆਜ਼ਾਦ ਤੌਰ ਤੇ ਹਾਂਜੀ ਹਾਂ ਸੋਇਸਨ ਸੋਨਿਕਾ ਜੀ ਜੋ ਵਾਰਡ ਨੰਬਰ 7 ਤੋਂ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ ਭਾਜਪਾ ਦੇ ਵੱਲੋਂ ਪਰ ਉਹਨਾਂ ਵੱਲੋਂ ਟਿਕਟ ਵਾਪਸ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਆਜ਼ਾਦ ਤੌਰ ਤੇ ਇਹਨਾਂ ਚੋਣਾਂ ਨੂੰ ਲੜਨਗੇ ਤਾਂ ਉਹ ਜ਼ਰੂਰ 101% ਜਿਹੜਾ ਇਹਨਾਂ ਚੋਣਾਂ ਦੇ ਵਿੱਚ ਜਿੱਤ ਦਰਜ ਕਰਵਾਣਗੇ ਤੇ ਉਹਨਾਂ ਇਹ ਵੀ ਕਿਹਾ ਕਿ ਉਹ ਆਪ ਕਿਸਾਨ ਦੀ ਬੇਟੀ ਹੈ ਤੇ ਕਿਸਾਨਾਂ ਦਾ ਦਰਦ ਜਿਹੜਾ ਹੈ ਚੰਗੀ ਤਰ੍ਹਾਂ ਸਮਝਦੇ ਨੇ ਇਸੇ ਕਰਕੇ ਉਹਨਾਂ ਵੱਲੋਂ ਹੁਣ ਭਾਜਪਾ ਦੀ ਜਿਹੜੀ ਟਿਕਟ ਹੈ ਵਾਪਸ ਕੀਤੀ ਜਾ ਰਹੀ ਹੈ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀਐਸ ਚਾਨਾ ਪੀਟੀਸੀ న్యూਸ ਸ਼੍ਰੀ ਅਨੰਦਪੁਰ ਸਾਹਿਬ